ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਹੋਈ ਗੁੰਡਾਗਰਦੀ ਦੇ ਰੋਸ ਵਜੋਂ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਆਮ ਜਨਤਾ ਅਤੇ ਟਰੇਡ ਯੂਨੀਅਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਇੱਕ ਸੋਚੀ ਸਾਂਝੀ ਸਾਜਿਸ਼ ਦੇ ਤਹਿਤ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਭ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ RSS ਕਰਵਾ ਰਹੀ ਹੈ। ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਰੋਧ ਪ੍ਰਦਰਸ਼ਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਕੱਲ੍ਹ ਰਾਤ RSS ਦੇ ਗੁੰਡਿਆਂ ਵੱਲੋਂ ਹਮਲਾ ਕਰਕੇ ਲਾਠੀਆਂ ਨਾਲ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਪੁਰਅਮਨ ਬੈਠੇ ਵਿਦਿਆਰਥੀਆਂ ਨੂੰ ਉਹਨਾਂ ਦੇ ਕਮਰਿਆਂ 'ਚ ਤੱਕ ਜਾ ਕੇ ਕੁੱਟਿਆ ਅਤੇ ਪੁਲਿਸ ਇਸ ਗੱਲ ਨੂੰ ਦੇਖ ਕੇ ਆਰਾਮ ਨਾਲ ਖੜ੍ਹੀ ਰਹੀ। ਬਾਅਦ ਵਿੱਚ ਜਦੋਂ ਇਹ ਪਤਾ ਲੱਗਿਆ ਵੀ ਬੱਚਿਆਂ ਨੂੰ ਬਹੁਤ ਸੱਟਾਂ ਵੱਜੀਆਂ ਹਨ ਅਤੇ ਡਾਕਟਰਾਂ ਦੀ ਟੀਮ ਉੱਥੇ ਆਈ, ਉਸ ਐਂਬੂਲੈਂਸ ਨੂੰ ਵੀ ਇਹਨਾਂ ਗੁੰਡਿਆਂ ਨੇ ਰੋਕਿਆ ਅਤੇ ਪੁਲਿਸ ਨੇ ਵੀ ਅੰਦਰ ਨਹੀਂ ਜਾਣ ਦਿੱਤਾ। ਇਹ ਬਹੁਤ ਹੀ ਇੱਕ ਨਿਖੇਧੀ ਯੋਗ ਘਟਨਾ ਹੈ ਕਿ ਇਸ ਤਰ੍ਹਾਂ ਜਿਹੜੇ ਵਿਦਿਆਰਥੀ ਪੁਰਅਮਨ ਤੌਰ 'ਤੇ ਆਪਣੇ ਕਮਰਿਆਂ ਵਿੱਚ ਬੈਠੇ ਹਨ, ਹੋਸਟਲ ਵਿੱਚ ਹਨ ਜਾਂ ਮੈਦਾਨ ਵਿੱਚ ਬੈਠੇ ਹਨ, ਬਰਾਂਡਿਆਂ ਵਿੱਚ ਬੈਠੇ ਹਨ, ਉਹਨਾਂ 'ਤੇ ਜਾ ਕੇ ਇਹ ਗੁੰਡਾਗਰਦੀ ਦਾ ਨਾਚ ਹੋਇਆ, ਇਸ ਗੱਲ ਦੀ ਪੂਰੀ ਨਿਖੇਧੀ ਕਰਦੇ ਹਾਂ। ਇਸੇ ਕਿਸਮ ਦਾ ਨਾਚ 3 ਸਾਲ ਪਹਿਲਾਂ ਵੀ ਹੋਇਆ ਸੀ, ਜਦੋਂ ਇਹ ਗੱਲ ਕਹੀ ਗਈ ਸੀ ਸਰਕਾਰ ਵੱਲੋਂ ਕਿ ਉੱਥੇ ਇੱਕ ਕਨ੍ਹਈਆ ਕੁਮਾਰ ਨੇ ਦੇਸ਼ ਵਿਰੋਧੀ ਨਾਅਰੇ ਲਾਏ, ਉਸ ਵੇਲੇ ਵੀ ਇਸੇ ਕਿਸਮ ਦੇ ਨਕਾਬਪੋਸ਼ ਮੁੰਡੇ ਆਏ ਅਤੇ ਉੱਥੇ ਨਾਅਰੇ ਲਾ ਕੇ ਅਤੇ ਗੁੰਡਾਗਰਦੀ ਕਰਕੇ ਉੱਥੋਂ ਚਲੇ ਗਏ। ਅੱਜ ਤੱਕ ਉਹ ਮੁੰਡੇ ਨਹੀਂ ਫੜੇ ਗਏ। ਉਸ ਤੋਂ ਬਾਅਦ ਇੱਕ ਹੋਰ ਲੜਕੇ ਦਾ ਹੁਣ ਤੱਕ ਪਤਾ ਨਹੀਂ ਲੱਗਿਆ, ਉਹ ਉੱਥੋਂ ਗਾਇਬ ਹੋ ਗਿਆ, ਅੱਜ ਤੱਕ ਉਹਦਾ ਪਤਾ ਨਹੀਂ ਹੈ। ਅਤੇ ਹੁਣ ਕਿਉਂਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਹੱਕਾਂ ਦੇ ਮੰਗਾਂ ਦੀ ਲੜਾਈ ਵੀ ਲੜਦੇ ਹਨ, ਦੇਸ਼ ਦੇ ਵਿੱਚ ਸੰਵਿਧਾਨ ਦੀ ਰਾਖੀ ਦੀ ਲੜਾਈ ਵੀ ਲੜ ਰਹੇ ਹਨ, ਜੋ ਪਿੱਛੇ ਜਿਹਨਾਂ ਨੇ ਬਿੱਲ ਲਿਆਂਦਾ ਹੈਗਾ CAA ਨਾਲ, ਹੁਣ NPR ਅਤੇ NRC ਦੀਆਂ ਗੱਲਾਂ ਕਰਦੇ ਹਨ, ਉਹਦੇ ਵਿਰੋਧ ਵਿੱਚ ਵੀ, ਕਿਉਂਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਕਾਫੀ ਸਿੱਖਿਅਤ ਹੁੰਦੇ ਹਨ, ਉੱਚ ਸਿੱਖਿਆ ਦਾ ਉਹ ਇਦਾਰਾ ਹੈ, ਉਹਦੇ ਵਿੱਚ ਆਏ ਅਤੇ ਉਹ ਇਹ ਸਰਕਾਰ ਨਹੀਂ ਚਾਹੁੰਦੀ ਕਿ ਇਸ ਕਿਸਮ ਦੇ ਇਦਾਰੇ ਰਹਿਣ, ਇਹ ਰੂੜੀਵਾਦ ਅਤੇ ਨਾਲ ਹੀ ਪਛੜੇਪਦ ਨੂੰ ਫੈਲਾਉਣਾ ਚਾਹੁੰਦੀ ਹੈ। ਇਸ ਕਰਕੇ ਉਹਨਾਂ ਨੇ ਇਹ ਸਾਰਾ ਕਾਰਾ ਕੀਤਾ। ਅਸੀਂ ਇਸਦੀ ਪੁਰਜ਼ੋਰ ਨਿਖੇਧ ਕਰਦੇ ਹਾਂ।